ਸ਼ਗਾਲ ਪੰਜਾਬੀਓ, ਮੈਂ ਹਾਂ ਮਾਹੀ ਕੌਰ। ਦੋਸਤੋ, ਸੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਜਿਹੜਾ ਰਾਤੋਂ ਰਾਤ ਕਿਸੇ ਦਾ ਵੀ ਨਾਂ ਸਿਤਾਰੇ ਦੀ ਤਰ੍ਹਾਂ ਚਮਕਾ ਸਕਦਾ ਹੈ ਅਤੇ ਰਾਤੋਂ ਰਾਤ ਕਿਸੇ ਦਾ ਵੀ ਨਾਂ ਮਿੱਟੀ 'ਚ ਮਿਲਾ ਸਕਦਾ ਹੈ। ਇੱਕ ਅਜਿਹੇ ਹੀ ਮੁੱਦੇ ਨਾਲ ਅੱਜ ਮੈਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੀ ਹਾਂ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਕਿੱਸੇ ਬਾਰੇ, ਜਿਹੜਾ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਹੀ ਜ਼ਿਆਦਾ ਗਰਮ ਹੋ ਰੱਖਿਆ ਹੈ। ਜੀ ਹਾਂ ਦੋਸਤੋ, ਧਮਕ ਬੇਸ ਵਾਲਾ ਮੁੱਖ ਮੰਤਰੀ ਜੋ ਕਿ 15 ਸਾਲਾਂ ਦਾ ਇੱਕ ਅੰਮ੍ਰਿਤਧਾਰੀ ਨੌਜਵਾਨ ਹੈ, ਤਰਨ ਤਾਰਨ ਵਿੱਚ ਰਹਿੰਦਾ ਹੈ, ਉਸਦਾ ਅਸਲੀ ਨਾਮ ਧਰਮਪ੍ਰੀਤ ਸਿੰਘ ਹੈ। ਹਰ ਨੌਜਵਾਨ ਦੀ ਤਰ੍ਹਾਂ ਧਰਮਪ੍ਰੀਤ ਵੀ ਟਿਕਟੋਕ ਚਲਾਉਣ ਦਾ ਸ਼ੌਂਕ ਰੱਖਦਾ ਸੀ ਅਤੇ ਆਏ ਦਿਨ ਟਿਕਟੋਕ 'ਤੇ ਆਪਣੀਆਂ ਵੀਡੀਓਜ਼ ਪਾਉਂਦਾ ਰਹਿੰਦਾ ਸੀ। ਸਫ਼ਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ, ਸੁੱਤੇ ਪਿਆਣੇ ਅਸੀਂ ਪਰ ਉੱਠਣਾ ਨੇ, ਚਿੱਟੇ ਚਾਦਰ ਦੇ ਮਾਰਨੇ ਅਸੀਂ ਬੁੱਕਲ, ਉਦੋਂ ਤੁਰ ਪੈਣਾ ਕਿਸੇ ਨੂੰ ਪੁੱਛਣਾ ਨੇ, ਅਸੀਂ ਕਿਸੇ ਦੇ ਰੋਕਿਆ ਰੋਕਣਾ ਨੇ, ਚਾਰ ਦਿਨ ਦੀ ਪੈਣੀ ਆ ਨਾ ਬਰੋੜੀ, ਹੁਣ ਨਾ ਪਵੇ ਕਿਸੇ ਨੇ ਪੁੱਛਣਾ ਨੇ। ਧਰਮਪ੍ਰੀਤ ਆਪਣੀਆਂ ਵੀਡੀਓਜ਼ ਵਿੱਚ ਅਕਸਰ ਮਸਤੀ ਕਰਦਾ ਹੀ ਦਿਸਦਾ ਸੀ। ਨਜ਼ਰ ਤੇ ਜਾਨਨ ਬਾਜੋਂ ਕਰ ਰੱਖਦਾ ਹਾਜ਼ਰ, ਫੁੱਟ ਦੇ ਬਣਾ ਕੇ ਹੈ ਮਡੇਰ ਖੜਦੇ, ਢਾਬ ਵਿੱਚ ਪਟਾ ਜਰੋ ਕਰਾਂਕਦਾ ਆੜਤੇ। ਅਤੇ ਇਸੇ ਕਰਕੇ ਉਸ ਦੀਆਂ ਵੀਡੀਓਜ਼ ਪਸੰਦ ਵੀ ਕੀਤੀਆਂ ਜਾਂਦੀਆਂ ਸੀ। ਮੱਗ ਪਾਈ ਤੂੰ ਕਾਟੇ ਦੇ ਕੋਟੇ ਦੇ ਬਣ ਬਾਟੇ ਦੇ, ਰਾਂਦੇ ਖੋਦੇ ਮਹਜਬ ਕਾਤੇ, ਕਿ ਕਹਿਣ ਕੁੜੀ ਗਿਆ ਤੇਰ, ਸਾਡੇ ਕਾਟੇ ਨੂੰ ਮਹਾਣੇ ਲੱਭਣੇ, ਤੈਨੂੰ ਡਗਰ ਬਥੇਰ। ਪਰ ਧਰਮਪ੍ਰੀਤ ਦਾ ਮੁੱਦਾ ਉਸ ਵੇਲੇ ਜ਼ੋਰ ਫੜ ਗਿਆ ਜਦੋਂ ਉਸਨੇ ਆਪਣਾ ਇੱਕ ਗਾਣਾ ਕੱਢਿਆ, ਪਰ ਉਸਦੇ ਕੱਢੇ ਹੋਏ ਗਾਣੇ ਵਿੱਚ ਅਜਿਹੇ ਸ਼ਬਦ ਵਰਤੇ ਗਏ ਜੋ ਕਿ ਇੱਕ ਅੰਮ੍ਰਿਤਧਾਰੀ ਸਿੰਘ ਵੱਲੋਂ ਬੋਲੇ ਜਾਣੇ ਠੀਕ ਨਹੀਂ ਸੀ। ਚੰਗਾ ਬਹੁਤੇ ਆ ਦਿਲ ਤੋਂ, ਚੰਗਾ ਬਹੁਤੇ ਆ ਦਿਲ ਤੋਂ, ਇੱਕ ਗੱਲ ਮਾੜੀ ਮੁੰਡੇ ਦੀ, ਗੱਲ ਗੱਲ ਉੱਤੇ ਕਹਿੰਦਾ ਧਮਕ ਜੇ ਪਾਵੇ, ਗੱਲ ਗੱਲ ਉੱਤੇ ਕਹਿੰਦਾ। ਇਹੋ ਨਹੀਂ, ਧਰਮਪ੍ਰੀਤ ਨੇ ਇੱਕ ਹੋਰ ਗਾਣਾ ਗਾਇਆ ਜਿਸਦੇ ਸ਼ਬਦ ਸੀ ਮੂੰਗੀ ਦਾਲ। ਇਸ ਗਾਣੇ ਵਿੱਚ ਧਰਮਪ੍ਰੀਤ ਗੁਰਦੁਆਰੇ ਵਿੱਚ ਮਿਲਣ ਵਾਲੇ ਲੰਗਰ ਅਤੇ ਦਾਲ ਬਾਰੇ ਬੋਲਦਾ ਨਜ਼ਰ ਆਇਆ। ਤੜਕੇ ਉੱਠ ਕੇ ਨਹਾਣਾ ਪੜੇਗਾ, ਗੁਰਦੁਆਰੇ ਜਾਣਾ ਪੜੇਗਾ, ਸਿਰ ਕੋ ਨੀਚੇ ਲਗਾਣਾ ਪੜੇਗਾ, ਦਸ ਕਾ ਨੋਟ ਚੜਾਣਾ ਪੜੇਗਾ, ਪਰ ਲੰਗਰ ਮੈਂ ਕਿਆ ਹੋਗਾ, ਮੂੰਗੀ ਦਾਲ ਮੂੰਗੀ ਦਾਲ ਮੂੰਗੀ ਦਾਲ। ਪਰ ਧਰਮਪ੍ਰੀਤ ਦੇ ਇਸ ਮਸਤੀ ਮਜ਼ਾਕ ਵਾਲੇ ਗਾਣੇ ਨੇ ਸਿੱਖ ਧਰਮ ਨੂੰ ਬਹੁਤ ਹੀ ਪਰੇਸ਼ਾਨ ਕੀਤਾ ਅਤੇ ਸਿੱਖ ਧਰਮ ਦੇ ਕਿਸੇ ਵੀ ਬੰਦੇ ਨੂੰ ਇਹ ਗਾਣਾ ਪਸੰਦ ਨਹੀਂ ਆਇਆ ਅਤੇ ਧਰਮਪ੍ਰੀਤ ਦੀ ਇਹ ਮਸਤੀ ਭਾਰੀ ਪੈ ਗਈ। ਪਿੰਡ ਦੇ ਲੋਕਾਂ ਨੇ ਧਰਮਪ੍ਰੀਤ ਨੂੰ ਗੁਰਦੁਆਰੇ ਬੁਲਾ ਕੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਉਸਦੇ 5 ਕਕਾਰ ਲਵਾ ਦਿੱਤੇ। ਇਹੋ ਨਹੀਂ, ਧਰਮਪ੍ਰੀਤ ਕੋਲੋਂ ਸੋਸ਼ਲ ਮੀਡੀਆ 'ਤੇ ਮਾਫ਼ੀ ਵੀ ਮੰਗਵਾਈ ਗਈ ਕਿ ਉਹ ਅੱਗੇ ਤੋਂ ਕੋਈ ਵੀ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਨਹੀਂ ਕਰੇਗਾ। ਚਾਹੇ ਧਰਮਪ੍ਰੀਤ ਤੋਂ ਗਲਤੀ ਹੋਈ ਸੀ, ਪਰ ਉਸਦੇ 5 ਕਕਾਰ ਲਵਾ ਦੇਣਾ ਇਹ ਬਿਲਕੁਲ ਠੀਕ ਨਹੀਂ ਸੀ ਅਤੇ ਬਹੁਤ ਸਾਰੇ ਲੋਕ ਧਰਮਪ੍ਰੀਤ ਦੀ ਮਦਦ ਲਈ ਉਸਦੇ ਨਾਲ ਖੜ੍ਹੇ ਹੋ ਗਏ। ਦੇਖਦੇ ਦੇਖਦੇ ਇਹ ਮੁੱਦਾ ਇੰਨਾ ਜ਼ਿਆਦਾ ਗਰਮ ਹੋ ਗਿਆ ਕਿ ਸਾਰੀ ਦੁਨੀਆ ਵਿੱਚ ਧਰਮਪ੍ਰੀਤ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਨਾਮ ਤੋਂ ਮਸ਼ਹੂਰ ਹੋ ਗਿਆ। ਧਰਮਪ੍ਰੀਤ ਦੀ ਸਪੋਰਟ ਵਿੱਚ ਖੜ੍ਹੇ ਹਰ ਬੰਦੇ ਦਾ ਇਹੋ ਕਹਿਣਾ ਸੀ ਕਿ ਧਰਮਪ੍ਰੀਤ ਨੂੰ ਸਮਝਾਉਣਾ ਚਾਹੀਦਾ ਸੀ, ਨਾ ਕਿ ਉਸਦੇ 5 ਕਕਾਰ ਲਵਾਉਣੇ ਚਾਹੀਦੇ ਸੀ। ਮੇਰੀ ਸੋਚ ਮੁਤਾਬਕ ਤੇ ਐਡਾ ਵੱਡੀ ਕੋਈ ਗਲਤੀ ਨਹੀਂ ਕੀਤੀ ਕਿ ਇੱਥੋਂ ਤੱਕ ਨੌਬਤ ਆ ਜਾਂਦੀ ਕਿ ਉਹਦੇ ਜਿਹੜੇ ਕਕਾਰ ਸੀਗੇ ਉਹਦੇ ਜਿਸਮ ਦੇ ਨਾਲੋਂ, ਜਿਹੜੇ ਉਹਦੀ ਰੂਹ ਦੇ ਨਾਲੋਂ ਜਿਹੜੇ ਉਹ ਅਲੱਗ ਕਰ ਦਿੱਤੇ ਜਾਂਦੇ। ਫਿਰ ਜਦੋਂ ਉਹਦੇ ਕਕਾਰ ਉਤਾਰੇ ਗਏ, ਉਹਨੇ ਇਹ ਵੀ ਕਿਹਾ ਕਿ ਜਿਹੜਾ ਮੈਨੂੰ ਅੰਮ੍ਰਿਤ ਦਾ ਚੂਲਾ ਦਿੱਤਾ ਹੋਇਆ ਨਾ, ਉਹ ਵੀ ਕੱਢ ਲਓ। ਵਾਹਿਗੁਰੂ ਵਾਹਿਗੁਰੂ। ਇੱਥੋਂ ਤੱਕ ਕਿਹਾ
ਤੇ ਡੁੱਬ ਕੇ ਮਰ ਜਾਣਾ ਚਾਹੀਦਾ ਉਹਨਾਂ ਨੂੰ ਜਿਨ੍ਹਾਂ ਨੇ ਉਸ ਵੀਰ ਦੇ ਕਕਾਰ ਉਤਾਰੇ। ਉਹ ਵੀਰ ਦਾ ਜੀਵਨ ਇਹੋ ਜਿਹਾ ਸੀ ਕਿ ਕਿਤੇ ਕਿਤਾਬ ਗੁਰੂ ਦੇ ਰਿਲੇਟਡ, ਗੁਰਮਤ ਦੇ ਰਿਲੇਟਡ ਕਿਤਾਬ ਕੋਈ ਫਟੀ ਹੋਈ ਪਈ ਹੋ ਨੀ, ਉਹਨੇ ਚੱਕ ਕੇ ਲਿਆਉਣੀ। ਇੱਕ ਵਾਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਇਹ ਕਿਤਾਬ ਕਿੱਥੋਂ ਲਈ? ਕਹਿੰਦਾ ਕਿਸੇ ਮੂਰਖ ਨੇ ਪਾੜ ਕੇ ਰੂੜੀ ਤੇ ਸੁੱਟੀ ਸੀ। ਤੇ ਕਹਿੰਦਾ ਮੈਂ ਉਹਨੂੰ ਚਾਰ ਗਾਲਾਂ ਵੀ ਕੱਢੀਆਂ ਤੇ ਚੁੱਕ ਕੇ ਲਿਆਇਆ। ਮੈਂ ਕਿਹਾ ਵੀ ਇਹ ਕੀ ਕਿਹੋ ਜਿਹਾ ਕੰਮ ਕੀਤਾ ਤੁਸੀਂ? ਐਡੀ ਮਿੱਠੀ ਆਵਾਜ਼ ਤੇ ਗੁਰੂ ਦਾ ਪਿਆਰਾ ਸੀ। ਜਦੋਂ ਪਿੰਡ ਦੇ ਲੋਕਾਂ ਤੱਕ ਇਹ ਗੱਲ ਪਹੁੰਚੀ ਤਾਂ ਉਹਨਾਂ ਨੇ ਧਰਮਪ੍ਰੀਤ ਨੂੰ ਦੁਬਾਰਾ ਗੁਰਦੁਆਰੇ ਵਿੱਚ ਬੁਲਾਇਆ ਅਤੇ ਅੰਮ੍ਰਿਤ ਛਕਾਉਣ ਦੇ ਬਾਰੇ ਕਿਹਾ। ਪਰ ਧਰਮਪ੍ਰੀਤ ਦੇ ਪਿਤਾ ਨੇ ਸਾਫ਼ ਮਨਾ ਕਰ ਦਿੱਤਾ ਅਤੇ ਕਿਹਾ ਕਿ ਉਹਨਾਂ ਦਾ ਮੁੰਡਾ ਹੁਣ ਗਾਣੇ ਹੀ ਗਾਏਗਾ ਅਤੇ ਉਹ ਅੰਮ੍ਰਿਤ ਨਹੀਂ ਛਕਾਉਣਗੇ। ਇਸ ਕਰਕੇ ਉਹ ਧਰਮਪ੍ਰੀਤ ਨੂੰ ਦੁਬਾਰਾ ਅੰਮ੍ਰਿਤ ਛਕਾਉਣ ਤੋਂ ਮਨਾ ਕਰ ਗਏ। ਸਾਡਾ ਇਹੋ ਕਹਿਣਾ ਕਿ ਜੋ ਸਾਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਆਇਆ, ਅਸੀਂ ਉਸ ਹੁਕਮ ਨੂੰ ਸਿਰ ਮੱਥੇ ਰੱਖਣਾ। ਅਸੀਂ ਹੁਣ ਆਪਣੇ ਬੱਚੇ ਨੂੰ ਨਹੀਂ ਅੰਮ੍ਰਿਤ ਛਕਾਉਣਾ ਚਾਹੁੰਦੇ, ਨਾ ਹੀ ਉਹਨੂੰ ਅੱਗੇ ਤੋਂ ਛਕਾਉਣਾ ਹੀ। ਉਹ ਦੂਸਰੀ ਲਾਈਨ ਵਿੱਚ ਪੈ ਚੁੱਕਾ, ਕੋਈ ਗਾਣਾ ਉਹਦਾ, ਕਈ ਤਰ੍ਹਾਂ ਦੇ ਗਾਣੇ ਬੋਲ ਆਉਣੇ ਉਹਨੂੰ, ਫਿਰ ਕੋਈ ਪਾਰਟੀ ਵਿਰੋਧ ਕਰੇਗੀ। ਅਸੀਂ ਆਪਣੇ ਬੱਚੇ ਨੂੰ ਇਸ ਕਰਕੇ ਅੰਮ੍ਰਿਤ ਨਹੀਂ ਛਕਾਉਣਾ ਚਾਹੁੰਦੇ। ਇਸ ਤਰ੍ਹਾਂ ਹੋਈ ਮੁੱਖ ਮੰਤਰੀ ਦੀ ਰਾਤੋਂ ਰਾਤ ਚੜ੍ਹਾਈ। ਅੱਜ ਦੀ ਡੇਟ 'ਚ ਮੁੱਖ ਮੰਤਰੀ ਦਾ ਮਸ਼ਹੂਰ ਪੰਜਾਬੀ ਗਾਇਕਾ ਸੋਨੀ ਮਾਨ ਨਾਲ ਇੱਕ ਨਵਾਂ ਗਾਣਾ ਵੀ ਆ ਚੁੱਕਿਆ ਹੈ। ਅਤੇ ਇਸਦੇ ਨਾਲ ਹੀ ਇਹ ਵੀ ਸੁਣਨ 'ਚ ਆਇਆ ਹੈ ਕਿ 62 ਵੈਸਟ ਸਟੂਡੀਓਜ਼ ਵਾਲੇ ਮੁੱਖ ਮੰਤਰੀ ਨੂੰ ਕੋਠੀ ਵੀ ਬਣਵਾ ਕੇ ਦੇ ਰਹੇ ਹੈ, ਜਿਸਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਸੋ ਇਹ ਸੀ ਮੁੱਖ ਮੰਤਰੀ ਨਾਲ ਜੁੜਿਆ ਹੋਇਆ ਮੁੱਦਾ, ਜੋ ਕਿ ਹਕੀਕਤ ਹੈ ਜਾਂ ਫਿਰ ਸੋਚ ਸਮੇਂ ਕੇ ਕੀਤਾ ਗਿਆ ਇੱਕ ਪਬਲਿਸਿਟੀ ਸਟੰਟ, ਇਹ ਤਾਂ ਕੋਈ ਨਹੀਂ ਜਾਣਦਾ। ਮੁੱਖ ਮੰਤਰੀ ਆ ਤੇਰਾ ਧੋਣਾ ਪੱਟਦਾ, ਸੰਨੇ ਦਿਓਲ ਗਦਰ ਵਿੱਚ ਪੁੱਟੇ ਜਿੱਦਾਂ ਨਲਕਾ, ਉਹ ਤੇਰਾ ਭੜਾ ਹੋ ਜਾਏ। ਵੇਖੋ ਜਾਕਰ ਪੈਂਦੀ ਧਮਕ ਕੇ, ਨਹੀਂ ਪਾੜਦੀਆਂ ਪੈਸਾ ਕੇ, ਨਹੀਂ ਖੋਲਦੀਆਂ ਪੈਸਾ ਕੇ, ਨਹੀਂ ਆਇਆ ਮੁੱਖ ਮੰਤਰੀ, ਖਤਮ ਹੋ ਗਿਆ ਦਾ ਐਂਡ। ਸੋ ਇਹ ਸੀ ਧਰਮਪ੍ਰੀਤ ਨਾਲ ਜੁੜਿਆ ਹੋਇਆ ਗਰਮਾ ਗਰਮ ਮੁੱਦਾ, ਜੋ ਕਿ ਹਕੀਕਤ ਹੈ ਜਾਂ ਫਿਰ ਸੋਚ ਸਮਝ ਕੇ ਕੀਤਾ ਗਿਆ ਇੱਕ ਪਬਲਿਸਿਟੀ ਸਟੰਟ, ਇਹ ਤਾਂ ਕੋਈ ਨਹੀਂ ਜਾਣਦਾ। ਦੋਸਤੋ, ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਨਾਲ। ਤਦ ਤੱਕ ਲਈ ਹੱਸਦੇ ਰਹੋ, ਵੱਸਦੇ ਰਹੋ। ਸਤਿ ਸ਼੍ਰੀ ਅਕਾਲ ਪੰਜਾਬੀਓ।